ਪੰਜਾਬ ਵਿੱਚ ਤਾਂ ਮੋਦੀ ਦਾ ਜਾਦੂ ਪਹਿਲਾਂ ਤੋਂ ਹੀ ਬੇਅਸਰ ਰਿਹਾ, ਪਰ ਹੁਣ ਇਹ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਬੇਅਸਰ ਹੁੰਦਾ ਜਾ ਰਿਹਾ, ਕਿਉਂਕਿ ਹਾਲੇ 5 ਮਹੀਨੇ ਪਹਿਲਾਂ ਮਈ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਮੋਦੀ ਮੈਜਿਕ ਨੇ ਹਰਿਆਣਾ 'ਚ ਭਾਜਪਾ ਨੂੰ ਸ਼ਾਨਦਾਰ ਜਿੱਤ ਨਸੀਬ ਕਰਵਾਈ ਸੀ, ਪਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੇਖ ਕੇ ਇਹ ਜਾਦੂ ਮਹਿਜ਼ 5 ਮਹੀਨਿਆਂ ਵਿੱਚ ਹੀ ਛੂ ਮੰਤਰ ਹੋ ਗਿਆ ਜਾਪਦਾ। 75 ਦਾ ਅੰਕੜਾ ਲੈ ਕੇ ਚੱਲ ਰਹੀ ਹਰਿਆਣਾ ਭਾਜਪਾ 40 ਦਾ ਅੰਕੜਾ ਵੀ ਮਸਾਂ ਹੀ ਛੂ ਸਕੀ ਆ। ਆਓ ਹਰਿਆਣਾ ਦੇ ਸਿਆਸੀ ਘਟਨਾਕ੍ਰਮ 'ਤੇ ਇੱਕ ਝਾਤ ਮਾਰਦੇ ਹਾਂ। ਦੇਸ਼ ਦੀ ਰਾਜਧਾਨੀ ਦੇ ਬਿਲਕੁਲ ਨਾਲ ਹੋਣ ਕਰਕੇ ਹਰਿਆਣਾ ਕਾਫੀ ਮਹੱਤਵ ਰੱਖਦਾ ਹੈ। ਇਹੀ ਵਜ੍ਹਾ ਹੈ ਕਿ ਬਹੁਮਤ ਦਾ ਅੰਕੜਾ ਹਾਸਲ ਕਰਨ ਲਈ ਭਾਜਪਾ ਨੇ ਇੱਥੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਸੀ। ਇਸ ਮਿਸ਼ਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਗ੍ਰਹਿ ਮੰਤਰੀ ਅਮਿਤ ਸ਼ਾਹ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਸਮ੍ਰਿਤੀ ਇਰਾਨੀ, ਹੇਮਾ ਮਾਲਿਨੀ, ਸੰਨੀ ਦਿਓਲ, ਰਾਜਨਾਥ ਸਿੰਘ, ਨਿਤਿਨ ਗਡਕਰੀ ਵਰਗੇ ਵੱਡੇ ਚਿਹਰਿਆਂ ਸਮੇਤ 40 ਸਟਾਰ ਪ੍ਰਚਾਰਕਾਂ ਨੇ ਆਪਣੀ ਤਾਕਤ ਝੋਂਕੀ ਹੋਈ ਸੀ, ਪਰ ਇਸ ਸਭ ਦੇ ਬਾਵਜੂਦ ਹਰਿਆਣਾ 'ਚ ਭਾਜਪਾ ਮਨੋਹਰ ਜਿੱਤ ਹਾਸਲ ਨਹੀਂ ਕਰ ਸਕੀ। ਦਰਅਸਲ ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਹਰਿਆਣਾ ਭਾਜਪਾ ਕਾਫੀ ਉਤਸ਼ਾਹਿਤ ਸੀ, ਕਿਉਂਕਿ ਲੋਕ ਸਭਾ ਚੋਣਾਂ ਵਿੱਚ ਕੁੱਲ 9 ਸੀਟਾਂ ਵਿੱਚੋਂ ਭਾਜਪਾ ਨੇ 7 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਇਸੇ ਨੂੰ ਦੇਖਦੇ ਹੋਏ ਮਨੋਹਰ ਲਾਲ ਖੱਟੜ ਦੀ ਟੀਮ ਨੇ ਇਹਨਾਂ ਵਿਧਾਨ ਸਭਾ ਚੋਣਾਂ ਵਿੱਚ ਮਿਸ਼ਨ 75 ਪਾਰ ਦਾ ਟਾਰਗੇਟ ਸੈੱਟ ਕੀਤਾ ਸੀ, ਪਰ ਚੋਣਾਂ ਦੇ ਦੌਰਾਨ ਖੱਟੜ ਦੇ ਮੰਤਰੀ ਵੀ ਆਪਣਾ ਕਰਿਸ਼ਮਾ ਨਹੀਂ ਦਿਖਾ ਸਕੇ। 10 ਮੰਤਰੀਆਂ 'ਚੋਂ 8 ਮੰਤਰੀ ਚਾਰੇ ਖਾਨੇ 'ਚ ਜਿੱਤ ਹੋ ਗਏ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਆਪਣੀ ਜਨ ਆਸ਼ੀਰਵਾਦ ਯਾਤਰਾ ਨਾਲ ਕੀਤੀ ਸੀ ਅਤੇ ਹਲਕਾਵਾਰ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਲੈ ਕੇ ਸਾਰੇ 90 ਹਲਕਿਆਂ ਨੂੰ ਮਾਪਿਆ। ਹੋਰ ਤਾਂ ਹੋਰ ਟਿਕਟਾਂ ਦੀ ਵੰਡ ਵਿੱਚ ਪੂਰੀ ਤਰ੍ਹਾਂ ਮਨੋਹਰ ਲਾਲ ਖੱਟੜ ਦੀ ਹੀ ਚੱਲੀ। ਭਾਜਪਾ ਨੂੰ ਸ਼ਾਇਦ ਆਪਣੀ ਇਸ ਹਾਲਤ ਦਾ ਅੰਦਾਜ਼ਾ ਪਹਿਲਾਂ ਹੀ ਹੋਣਾ ਸ਼ੁਰੂ ਹੋ ਗਿਆ ਸੀ, ਇਸ ਲਈ ਉਸਨੇ ਪੀਐਮ ਮੋਦੀ ਸਮੇਤ 40 ਸਟਾਰ ਪ੍ਰਚਾਰਕਾਂ ਦੀ ਫੌਜ ਚੋਣ ਪ੍ਰਚਾਰ ਲਈ ਉਤਾਰੀ। ਅਚਾਨਕ ਮੋਦੀ ਦੀਆਂ 3 ਹੋਰ ਵੀ ਵਧਾ ਦਿੱਤੀਆਂ ਗਈਆਂ ਸੀ। ਆਖਰੀ ਦੌਰ 'ਤੇ ਭਾਜਪਾ ਨੇ ਚੋਣ ਪ੍ਰਚਾਰ ਦੀ ਹਨੇਰੀ ਲਿਆ ਦਿੱਤੀ ਸੀ, ਪਰ ਜਦੋਂ ਵੀਰਵਾਰ ਨੂੰ ਨਤੀਜੇ ਆਏ ਤਾਂ 75 ਨੂੰ ਪਾਰ ਕਰਨਾ ਤਾਂ ਦੂਰ, ਭਾਜਪਾ 40 ਸੀਟਾਂ ਦੇ ਨੇੜੇ ਵੀ ਮਸਾਂ ਪਹੁੰਚ ਸਕਿਆ। ਹਰਿਆਣੇ ਵਿੱਚ ਇਸ ਵਾਰ ਪੀਐਮ ਮੋਦੀ ਦਾ ਜਾਦੂ ਠੁੱਸ ਹੋ ਕੇ ਰਹਿ ਗਿਆ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੈਲੀ ਵਾਲੇ ਖੇਤਰਾਂ ਦਾਦਰੀ, ਐਲਨਾਬਾਦ, ਰੇਵਾੜੀ ਵਿੱਚੋਂ ਜ਼ਿਆਦਾਤਰ ਵਿੱਚ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ, ਪਰ ਕਾਂਗਰਸ ਵਿੱਚ ਸਭ ਤੋਂ ਵੱਡੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਹੀ ਰਹੇ ਅਤੇ ਉਹਨਾਂ ਦੀਆਂ ਰੈਲੀਆਂ ਦਾ ਅਸਰ ਵੀ ਦੇਖਣ ਨੂੰ ਮਿਲਿਆ। ਰਾਹੁਲ ਗਾਂਧੀ ਨੇ 9 ਅਤੇ ਮਹਿੰਦਰਗੜ੍ਹ ਵਿੱਚ 2 ਵੱਡੀਆਂ ਰੈਲੀਆਂ ਕੀਤੀਆਂ ਅਤੇ ਦੋਵੇਂ ਜਗ੍ਹਾ ਤੋਂ ਕਾਂਗਰਸ ਜਿੱਤੀ, ਜਦਕਿ ਇਹਨਾਂ ਰੈਲੀਆਂ ਦਾ ਪ੍ਰਭਾਵ ਆਸ ਪਾਸ ਦੀਆਂ ਸੀਟਾਂ 'ਤੇ ਵੀ ਦੇਖਣ ਨੂੰ ਮਿਲਿਆ। ਭਾਜਪਾ ਭਾਵੇਂ ਬਹੁਮਤ ਦਾ ਅੰਕੜਾ ਹਾਸਲ ਨਹੀਂ ਕਰ ਸਕੀ, ਪਰ ਉਸਨੇ ਹਰਿਆਣਾ ਲੋਕ ਹਿੱਤ ਪਾਰਟੀ ਦੇ ਗੋਪਾਲ ਕਾਂਡਾ ਸਮੇਤ ਆਜ਼ਾਦ ਵਿਧਾਇਕਾਂ ਦੇ ਸਮਰਥਨ ਨਾਲ ਸਰਕਾਰ ਬਣਾਉਣ ਦੀ ਕਵਾਇਦ ਤੇਜ਼ ਕਰ ਦਿੱਤੀ ਹੈ ਅਤੇ ਮਨੋਹਰ ਲਾਲ ਖੱਟੜ ਫਿਰ ਤੋਂ ਸਹੁੰ ਚੁੱਕਣ ਦੀ ਤਿਆਰੀ ਵਿੱਚ ਨੇ। ਕਾਂਗਰਸ ਨੇ ਇਹਨਾਂ ਚੋਣਾਂ ਦੌਰਾਨ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਿੱਚ 31 ਸੀਟਾਂ ਜਿੱਤੀਆਂ, ਉੱਥੇ ਹੀ ਦੁਸ਼ਯੰਤ ਚੌਟਾਲਾ ਦੀ JJP ਦੀ ਝੋਲੀ ਵਿੱਚ 10 ਸੀਟਾਂ ਪਈਆਂ ਨੇ, ਜਦਕਿ ਅਕਾਲੀ ਦਲ ਨੂੰ ਤਾਂ ਕੀ ਸੀਟ ਮਿਲਣੀ ਸੀ, ਬਲਕਿ ਉਹ ਆਪਣੀ ਭਾਈਵਾਲ ਪਾਰਟੀ NLO ਨੂੰ ਵੀ ਲੈ ਡੁੱਬਿਆ, ਜੋ ਕਿ ਮਹਿਜ਼ 2 ਸੀਟਾਂ 'ਤੇ ਸਿਮਟ ਕੇ ਰਹਿ ਗਈ। ਸੋ ਹਰਿਆਣਾ ਵਿੱਚ ਫਿਰ ਤੋਂ ਭਾਵੇਂ ਭਾਜਪਾ ਦੀ ਸਰਕਾਰ ਬਣ ਰਹੀ ਹੈ, ਪਰ ਬੇਅਸਰ ਹੋਏ ਮੋਦੀ ਦੇ ਜਾਦੂ ਨੇ ਸਮੁੱਚੀ ਭਾਜਪਾ ਨੂੰ ਚਿੰਤਾ ਵਿੱਚ ਪਾ ਦਿੱਤਾ। ਬਿਊਰੋ ਰਿਪੋਰਟ, ਸਪੋਕਸਮੈਨ TV।